ਮਾਨ ਸਰਕਾਰ ਦੇ ਰਡਾਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਜ਼ਰ ਆ ਰਹੇ ਨੇ ਖੇਤੀਬਾੜੀ ਵਿਭਾਗ ਦੇ ਵਿੱਚ ਵੱਡਾ ਕੱਪਲਾ ਸਾਹਮਣੇ ਆਇਆ ਹੈ ਵਿਜੀਲੈਂਸ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਨੇ ਖੇਤੀਬਾੜੀ ਮੰਤਰੀ ਕੁਲਦੀਪ ਢਾਲੀਵਾਲ ਨੇ ਜਾਂਚ ਦੇ ਹੁਕਮ ਦਿੱਤੇ ਨੇ ਦੱਸਿਆ ਜਾ ਰਿਹਾ ਹੈ ਕਿ 150 ਕਰੋੜ ਰੁਪਏ ਦਾ ਘੁਟਾਲਾ ਇਸ ਵਿਭਾਗ ਦੇ ਵਿੱਚ ਕੀਤਾ ਗਿਆ ਜਿਸ ਵਕਤ ਤੇ ਕੀਤਾ ਗਿਆ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਹੀ ਖੇਤੀਬਾੜੀ ਵਿਭਾਗ ਸਾਹਮਣੇ ਸੀ ਵਿਭਾਗ ਉਹਨਾਂ ਕੋਲ ਹੀ ਸੀਗਾ ਉਹਨਾਂ ਦੇ ਪੋਰਟਫੋਲੀਓ ਚ ਸੀ ਤਾਂ ਹੁਣ ਆਖਿਰ ਕੀ ਬਨੇਗਾ ਤਾਂ ਲਗਾਤਾਰ ਮਾਨ ਸਰਕਾਰ ਸਖਤੀ ਵਧਦੀ ਹੋਈ ਨਜ਼ਰ ਆ ਰਹੀ ਹੈ ਔਰ ਹੁਣ ਸੀਮਾਂ ਦੀ ਰਡਾਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਜ਼ਰ ਆ ਰਹੇ ਨੇ ਖੇਤੀਬਾੜੀ ਵਿਭਾਗ ਦੇ ਵਿੱਚ ਵੱਡਾ ਘੁਟਾਲਾ ਰਸਤੇ ਜਾਂਚ ਦੇ ਹੁਕਮ ਵਿਜਲੈਂਸ ਨੂੰ ਸੌਮ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਕਿ ਲਗਭਗ 150 ਕਰੋੜ ਦਾ ਵੱਡਾ ਕਪਲਾ ਖੇਤੀਬਾੜੀ ਵਿਭਾਗ ਦੇ ਵਿੱਚ ਕੀਤਾ ਗਿਆ ਜਿਸ ਤੋਂ ਬਾਅਦ ਇਸ ਵਿੱਚ ਜਾਂਚ ਕੀਤੀ ਜਾਏਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਜਾਂਚ ਦੇ ਘੇਰੇ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਫਸਲਾਂ ਦੀ ਰੈਗੂਨ ਦੇ ਵਿੱਚ ਗਈ ਮਸ਼ੀਨਰੀ ਲਈ ਜੋ ਵੰਡੀ ਗਈ ਸੀ ਉਸ ਦੇ ਵਿੱਚ ਵੱਡੇ ਕਪਲੇ ਦਾ ਪਰਦਾਫਾਸ਼ ਕੀਤਾ ਹੈ ਔਰ ਵਿਜੀਲੈਂਸ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਨੇ 150 ਕਰੋੜ ਰੁਪਏ ਦਾ ਕਪਲਾ ਸਾਹਮਣੇ ਆਇਆ ਵਿਭਾਗੀ ਜਾਂਚ ਦੌਰਾਨ ਵੰਡਿਆ ਗਈਆ 90422 ਮਸ਼ੀਨਾਵਾਂ ਵਿੱਚੋਂ 13 ਫੀਸਦੀ ਤੋਂ ਵੱਧ ਲਾਪਾਤਰੀਆਂ ਕੋਲ ਮਸ਼ੀਨਾ ਹੀ ਨਹੀਂ ਪਹੁੰਚਿਆ ਤਮਾਨ ਸਰਕਾਰ ਨੇ ਇਹਨਾਂ ਕਦਮ ਚੱਕਿਆ ਸਖਤ ਹਦਾਇਤਾਂ ਜਾਰੀ ਕੀਤੀਆਂ ਨੇ ਪਹਿਲੀ ਸਰਕਾਰਾਂ ਦੇ ਵਿੱਚ ਜਿੰਨੇ ਵੀ ਪੈਸੇ ਦੀ ਲੁੱਟ ਖਸੁੱਟ ਹੋਈ ਹੈ ਸਰਕਾਰੀ ਅਧਿਕਾਰੀਆਂ ਔਰ ਆਗੂਆਂ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਔਰ ਹੁਣ ਅਜਿਹਾ ਸਾਹਮਣੇ ਆ ਰਿਹਾ ਹੈ ਕਿ ਖੇਤੀਬਾੜੀ ਵਿਭਾਗ ਦੇ ਵਿੱਚ ਫਸਲਾਂ ਦੀ ਰਹਿਣ ਕੂਨ ਦੀ ਸਾਮ ਸੰਭਾਲੀ ਕਿਸਾਨਾਂ ਨੂੰ ਦਿੱਤੀਆਂ ਗਈਆਂ ਮਸ਼ੀਨਾਂ ਦੀ ਵੰਡ ਦੇ ਵਿੱਚ ਮੁੱਢਲੇ ਤੌਰ ਤੇ ਲਗਭਗ 150 ਕਰੋੜ ਰੁਪਏ ਦਾ ਕਪਲਾ ਹੋਇਆ ਹੈ ਔਰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਟਾਲੀਵਾਲ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਦੇ ਹੁਕਮ ਦਿੱਤੇ ਨੇ ਵਿਜੀਲੈਂਸ ਤੋਂ ਜਾਂਚ ਕਰਵਾਉਣ ਲਈ ਹਰੀ ਚੰਡੀ ਦੇ ਦਿੱਤੀ ਗਈ ਹੈ ਔਰ ਤੇ ਫਾਈਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤੀ ਗਈ

ਕੋਈ ਕਈ ਮਸ਼ੀਨਾ ਪਹੁੰਚਿਆ ਤੇ ਬਾਕੀ ਰਹਿੰਦੀਆਂ ਮਸ਼ੀਨਾ ਰਜਿਸਟਰਾਰ ਸਰਕਾਰੀ ਸੇਵਾਵਾਂ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸਨ ਔਰ ਇਸ ਦੇ ਵਿੱਚ ਕਪਲਾ ਹੋਇਆ 13 ਫੀਸ ਦੀ ਮਸ਼ੀਨਾ ਲਾਪਤਰੀਆ ਕੋਲ ਪਹੁੰਚਿਆ ਹੀ ਨਹੀਂ 150 ਕਰੋੜ ਰੁਪਏ ਦਾ ਕਪਲਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਖੇਤੀਬਾੜੀ ਮੰਤਰੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਇਹ ਫਾਈਲ ਮੁੱਖ ਮੰਤਰੀ ਤੱਕ ਪਹੁੰਚਾ ਦਿੱਤੀ ਗਈ ਔਰ ਇਸ ਨੂੰ ਲੈ ਕੇ ਵਿਜੀਲੈਂਸ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਨੇ ਤਾਂ ਹੁਣ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਮਾਨ ਸਰਕਾਰ ਦੇ ਰਡਾਰ ਤੇ ਨਜ਼ਰ ਆ ਰਹੇ ਨੇ ਜਿਸ ਵਕਤ ਇਹ ਕਪਲਾ ਹੋਇਆ ਦੱਸਿਆ ਜਾ ਰਿਹਾ ਕਿ ਉਸ ਵਕਤ ਖੇਤੀਬਾੜੀ ਵਿਭਾਗ ਮੁੱਖ ਮੰਤਰੀ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸੀ ਤਾਂ ਹੁਣ ਆਖਰ ਕੀ ਬਣੇਗਾ ਵੱਡਾ ਸਵਾਲ ਹੈ